ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਕੁੜੀ ਹੈਗੀ ਆ ਰੀਵਾ ਰੋੜਾ ਦੋਸਤੋ ਇਹਨਾਂ ਇਹਦੀ ਬੜੀ ਕੌਂਟਰੋਵਰਸੀ ਚੱਲ ਰਹੀ ਆ ਕਿ ਇਹ 12-13 ਸਾਲਾਂ ਦੀ ਆ ਕੁਝ ਟੀਕਿਆਂ ਦੇ ਨਾਲ ਲਵਾ ਕੇ ਇਹਦੇ ਅੰਗ ਪੈਰ ਸਾਰੇ 18 ਸਾਲ ਦੀ ਕੁੜੀ ਵਰਗੇ ਕਰਵਾ ਲਿਆ ਗਏ ਆ ਤੇ ਇਹ ਤੋਂ ਗਾਣਿਆਂ ਦੇ ਵਿੱਚ ਹੁਣ ਮਾਡਲਿੰਗ ਕਰਵਾਈ ਗਈ ਆ ਪਿੱਛੇ ਜੇ ਕਾਕੇ ਦੇ ਗੀਤ ਚ ਵੀ ਇੱਕ ਗੀਚੇ ਨੇ ਮਾਡਲਿੰਗ ਕੀਤੀ ਜਿੱਦਣ ਕੇ ਇੱਕ ਰੀਲ ਜਦੋਂ ਮੀਕਾ ਸਿੰਘ ਦੇ ਨਾਲ ਬਣਾਈ ਤੇ ਲੋਕਾਂ ਨੇ ਕਮੈਂਟਾਂ ਦੇ ਵਿੱਚ ਬਹੁਤ ਗਾਲਾਂ ਮੀਕਾ ਸਿੰਘ ਨੂੰ ਕੱਢੀਆਂ ਤੇ ਤੇਰੇ ਤਾਂ ਬੱਚੀ ਅਰ ਗਈ ਆ ਤੂੰ ਕਿੱਥੇ ਦਾ ਬੁੱਢਾ ਖੁੱਢਾ ਤੇ ਉਸ ਤੋਂ ਬਾਅਦ ਹਨੀ ਸਿੰਘ ਨੇ ਵੀ ਇੱਕ ਰੀਲ ਇਹਦੇ ਨਾਲ ਜਦੋਂ ਬਣਾਈ ਤੇ ਲੋਕਾਂ ਨੇ ਉਹਨੂੰ ਵੀ ਕਿਹਾ ਤੇ ਫਿਰ ਹਨੀ ਸਿੰਘ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ 12-13 ਸਾਲਾਂ ਦੀ ਆ ਵੀ ਇਹਨਾਂ ਇਸ ਤਰ੍ਹਾਂ ਇਹਨੂੰ ਟੀਕੇ ਨਾਲ ਲਾ ਕੇ ਦੀ ਇਹਨੂੰ 18 ਸਾਲਾਂ ਦੀ ਬਣ ਗਈ ਆ ਤੇ ਉਹ ਉਹ ਚ ਗਲਤੀ ਇਹਦੇ ਮਾਪਿਆਂ ਦੀ ਹੋ ਗਈ ਮਾਪਿਆਂ ਨੇ ਇਹਨੂੰ ਇਸ ਤਰ੍ਹਾਂ ਦੇ ਇੰਜੈਕਸ਼ਨ ਲਵਾ ਕੇ 12-13 ਸਾਲਾਂ ਦੀ ਤੋਂ 18 ਸਾਲਾਂ ਦੀ ਦਿਖ ਵਰਗੀ ਬਣਾ ਦਿੱਤਾ ਗਿਆ ਕਿ ਮਾਡਲਿੰਗ ਕਰੂਗੀ ਦੋਸਤੋ ਜੋ ਬੇਚਲੀ ਜਾਣਕਾਰੀ ਇਹ ਆ ਇਹ ਇਹ ਕੁੜੀ ਪਹਿਲਾਂ ਬੱਚਿਆਂ ਦੇ ਰੋਲ ਕਰਦੀ ਸੀਗੀ ਫਿਲਮਾਂ ਫੁਲਮਾਂ ਚ ਗਾਣਿਆਂ ਚ ਹੈਨਾ ਤੇ ਜਦੋਂ ਇਹਦੇ ਮਾਪਿਆਂ ਨੂੰ ਲੱਗਾ ਪਈ ਵੱਡੇ ਵੀ ਫਿਲਮਾਂ ਚ ਰੋਲ ਮਿਲਣਾ ਇਹਨੂੰ ਮਾਡਲਿੰਗ ਕਰੇ ਜ਼ਿਆਦਾ ਪੈਸਾ ਬਣੂਗਾ ਫਿਰ ਉਹ ਨਹੀਂ ਡਾਕਟਰਾਂ ਦੀ ਸਲਾਹ ਨਾਲ ਕਿਵੇਂ ਵੀ ਕਰਕੇ ਇਹਨੂੰ 12-13 ਸਾਲਾਂ ਦੀ ਉਮਰ ਚ 18 ਸਾਲ ਦੀ ਜਵਾਨ ਕੁੜੀ ਦਿਖਣ ਲਾਤਾ ਤੁਹਾਡੇ ਸਾਹਮਣੇ ਆ ਦੇਖ ਲਓ ਤਾਂ ਕਰਕੇ ਪਰ ਲੋਕ ਲੋਕ ਹੁਣ ਪਿੱਛੇ ਹੱਤ ੋਕੇ ਪੈ ਗਏ ਕਿ ਜਦੋਂ ਵੀ ਕੋਈ ਵੱਡਾ ਸਿੰਗਰ ਉਮਰ ਦਾ ਇਹਦੇ ਨਾਲ ਗਾਣਾ ਕਰਦਾ ਮਾਡਲਿੰਗ ਕਰਦਾ ਤੇ ਲੋਕ ਭਈ ਉਹਨੂੰ ਬਹੁਤ ਕਮੈਂਟਾਂ ਚ ਗਾਲਾਂ ਕੱਢਦੇ ਆ ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਣੀ ਧੀ ਦੀ ਉਮਰ ਦੀ ਕੁੜੀ ਨਾਲ ਤੁਸੀਂ ਇਸ਼ਕ ਫਰਮਾ ਰਹੇ ਆ ਗਾਣਿਆਂ ਦੇ ਵਿੱਚ ਹੁਣ ਜੇ ਮੈਂ ਤੁਹਾਨੂੰ ਦੱਸਾਂ ਤਾਂ ਅੱਜ ਤੋਂ ਸਾਲ ਪਹਿਲਾਂ ਇੰਸਟਾਗ੍ਰਾਮ ਤੇ ਇਹਨੂੰ 10 20 ਹਜ਼ਾਰ ਬੰਦਾ ਫਾਲੋ ਨਹੀਂ ਕਰਦਾ ਐਸ ਵੇਲੇ 12 ਮਿਲੀਅਨ ਫਾਲੋਅਰ ਇਹ ਇੰਸਟਾਗ੍ਰਾਮ ਤੇ ਲਈ ਫਿਰਦੀ ਆ ਗੱਲ ਸਾਰੀ ਪੈਸੇ ਦੀ ਦੌੜ ਵਾ ਪੈਸੇ ਦੀ ਭੁੱਖ ਬੰਦੇ ਤੋਂ ਦੇਖੋ ਕੀ ਤੇ ਕੀ ਕਰਵਾ ਰਹੀ ਆ ਐਤੋਂ ਤੱਕ ਕਿ ਪਰ ਕਈਆਂ ਨੂੰ ਪਤਾ ਨਹੀਂ ਜਨਤਾ ਦਾ ਇੱਥੇ ਆਪਣੀਆਂ ਧੀਆਂ ਤੋਂ ਕੀ ਕੀ ਕਰਵਾ ਲੈਂਦੀ ਇਹ ਤਾਂ ਫਿਰ ਵੀ ਮਾਡਲਿੰਗ ਕਰਵਾ ਰਹੇ ਹੁਣ ਕਾਕੇ ਦਾ ਸਿੰਗਰ ਦਾ ਕੀ ਕਸੂਰ ਕਾਕੇ ਨੂੰ ਵੀ ਬਹੁਤ ਸਾਰੇ ਲੋਕ ਭੰਡ ਰਹੇ ਆ ਤੇ ਤੂੰ ਆ ਜਿਹੜਾ ਕਾਲਜ ਛੁੱਟੀਆਂ ਵਾਲਾ ਗਾਣਾ ਕੀਤਾ ਆ ਤੂੰ ਇਹਨੂੰ ਮਾਡਲ ਲਿਆ ਤੇ ਤੈਨੂੰ ਜਰਮਨੀ ਆਈ ਤੂੰ 30 ਸਾਲ ਦਾ ਆ ਇਹ 12 13 ਸਾਲਾਂ ਦੀ ਪਰ ਜੇ ਤੁਸੀਂ Google ਕਰੋਗੇ ਉਹਦੇ ਵਿੱਚ ਦੀ ਉਮਰ 17 ਸਾਲ ਰੀਵਾ ਰੋੜਾ ਦੀ ਦੱਸੀ ਜਾ ਰਹੀ ਆ ਪਰ ਜੇ ਉਸ ਤਰ੍ਹਾਂ ਕਹਿੰਦੇ ਜਿਵੇਂ ਅਸਲੀਅਤ ਵਿੱਚ ਇਹਦੀ ਉਮਰ ਸਾਰੀ ਹਾਲੇ 12-13 ਸਾਲ ਆ ਬਸ ਇਹਦੀ ਦਿਖ ਤੇ ਇਹਨੂੰ ਇਸ ਤਰ੍ਹਾਂ ਕਰਾ ਕੇ ਦਿਖਣ ਇਸ ਤਰ੍ਹਾਂ ਲਾਤੀ ਆ ਕਿ ਇਹ 18-20 ਸਾਲਾਂ ਦੀ ਨੌਜਵਾਨ ਕੁੜੀ ਆ ਤਾਂ ਹੀ ਕੀ ਹੋ ਵੱਡੇ-ਵੱਡੇ ਸਿੰਗਰਾਂ ਦੇ ਨਾਲ ਮਾਡਲਿੰਗ ਕਰਦੀ ਨਜ਼ਰ ਆਉਂਦੀ ਆ ਗੀਤਾਂ ਦੇ ਵਜ ਪਰ ਲੋਕ ਇਸ ਗੱਲ ਤੇ ਬੜੀ ਖਿੱਲੀ ਅੜਾਰੇ ਆ ਵੀ ਇਸ ਤਰ੍ਹਾਂ ਇਹਦਾ ਬਚਪਨ ਖੋਲਿਆ ਗਿਆ ਆ ਕੱਲ ਨੂੰ ਜਦੋਂ ਇਹੋ ਅੱਗੇ ਬੱਦੂ ਕੀ ਸੋਚੂਗੀ ਪਏ ਮੇਰਾ ਬਚਪਨ ਜਿਹੜਾ 12 13 ਸਾਲ ਦੀ ਉਮਰ ਵਾਲਾ ਸੀਗਾ ਉਹ ਤਾਂ ਕਿੱਥੇ ਗਿਆ ਪੈਸਾ ਤਾਂ ਜਰੂਰ ਬਣ ਜਾਊਗਾ ਲੋਕਾਂ ਦਾ ਇਹ ਕਹਿਣਾ ਪਰ ਇਹਨੇ ਆਪਣਾ ਬਚਪਨ ਖੋ ਲਿਆ ਪਰ ਮੈਂ ਦੋਸਤੋ ਆਕਰ ਦੇ ਵਿੱਚ ਇਹ ਗੱਲ ਜਰੂਰ ਕਹੂੰਗਾ ਇਹਦੇ ਮਾਪਿਆਂ ਦਾ ਕਸੂਰ ਹੋਊਗਾ ਜਾਂ ਇਹਦਾ ਆਪਣਾ ਕਸੂਰ ਹੋ ਗਿਆ ਆਪਣੀ ਮਰਜ਼ੀ ਨਾਲ ਜਾਂ ਤਾਂ ਅਗਲਿਆਂ ਨੇ ਪੈਸਾ ਦੇਣਾ ਟੀਮ ਵਾਲਿਆਂ ਨੇ ਤਾਂ ਹੀ ਇਹਨੂੰ ਮਾਡਲਿੰਗ ਚ ਲਾਣਾ ਇਹ ਸਹਿਮਤ ਹੁੰਦੀ ਆ ਸਿੰਘਾਂ ਨੂੰ ਗਾਲਾਂ ਕੱਢਣ ਦਾ ਕੋਈ ਪੈਦਾ ਨਹੀਂ ਇੱਕ ਰੀਲੇ ਅਗਲੇ ਪੈਸੇ ਦਿੰਦੇ ਮੀਕਾ ਸਿੰਘ ਦਾ ਵੀ ਕੀ ਕਸੂਰ ਸੀ ਹਣੀ ਸਿੰਘ ਦਾ ਕੀ ਕਸੂਰ ਸੀਗਾ ਹੋਰ ਸਿੰਘਾਂ ਦਾ ਕੀ ਕਸੂਰ ਸੀਗਾ ਹੁਣ ਕਾਕੇ ਦਾ ਵੀ ਕੀ ਕਸੂਰ ਵਾ ਮਾਡਲਿੰਗ ਤਾਂ ਕਰਦੀ ਫਿਰਦੀ ਏ ਹਨਾ ਪੈਸੇ ਲੈ ਤਾਂ ਇਹ ਨੱਚਦੀ ਫਿਰਦੀ ਆ ਉਹਨਾਂ ਨੂੰ ਕੀ 12 13 ਸਾਲਾਂ ਦੀ 18 ਸਾਲ ਦੀ ਬਣੇ ਚਾਹੇ 20 ਸਾਲ ਦੀ ਬਣੇ ਜਿਹੜੀ ਸਿੱਧੀ ਗੱਲ ਵਾ ਹਨਾ ਇਹ ਤਾਂ ਇਹਨਾਂ ਨੇ ਪਰ ਜਨਤਾ ਤੁਸੀਂ ਅੱਜਕੱਲ ਦੇਖ ਲਓ ਪੈਸੇ ਲਈ ਕੀ ਕੀ ਕਰਦੀ ਫਿਰਦੀ ਆ